ਸਿੱਖ ਧਰਮ ਦੇ ਉੱਤੇ ਸਮੇਂ ਸਮੇਂ 'ਤੇ ਬੜੇ ਹਮਲੇ ਹੁੰਦੇ ਰਹੇ ਨੇ, ਜਿਹੜੇ ਚੜ੍ਹ ਕੇ ਆਏ ਨੇ ਗੁਰੂ ਦੇ ਸਾਜੇ ਸੂਰਵੀਰ ਸਿੰਘਾਂ ਨੇ, ਗਿਣਤੀ ਦੇ ਸਿੰਘਾਂ ਨੇ ਲੱਖਾਂ ਫੌਜਾਂ ਦਾ ਮੁਕਾਬਲਾ ਕਰਦਿਆਂ ਆਪਣੇ ਸੀਸ ਤੱਕ ਕੁਰਬਾਨ ਕਰ ਦਿੱਤੇ ਨੇ। ਗੁਰਮੁਖ ਪਿਆਰਿਓ, ਸਤਿਗੁਰੂ ਸਿੰਘਾਂ ਦੇ ਵਿੱਚ ਐਡੀ ਸ਼ਕਤੀ ਭਰ ਕੇ ਗਏ ਨੇ ਕਿ ਇੱਕ ਸਿੰਘ ਨੇ 1.25 ਲੱਖ ਦਾ ਮੁਕਾਬਲਾ ਕੀਤਾ। ਪਰ ਗੁਰਮੁਖ ਪਿਆਰਿਓ, ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ, ਪਰ ਧਰਮ ਨੂੰ ਦਾਗ ਨਹੀਂ ਲੱਗਣ ਦਿੱਤਾ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਮਤੀ ਦਾਸ, ਸਤੀ ਦਾਸ ਵਰਗੇ ਮਹਾਨ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਸਿੱਖ ਧਰਮ ਨੂੰ ਸਦਾ ਹੀ ਉੱਚਾ ਅਤੇ ਸੁੱਚਾ ਰੱਖਿਆ। ਗੁਰਮੁਖ ਪਿਆਰਿਓ, ਸਮੇਂ ਸਮੇਂ 'ਤੇ ਚੜ੍ਹ ਕੇ ਆਏ ਜ਼ਾਲਮਾਂ ਦਾ ਟਾਕਰਾ ਸਿੰਘਾਂ ਨੇ ਅਣਖ ਦੇ ਨਾਲ ਕੀਤਾ, ਬਹਾਦਰੀ ਦੇ ਨਾਲ ਕੀਤਾ। ਬਾਬਾ ਦੀਪ ਸਿੰਘ ਅਮਰ ਸ਼ਹੀਦ, 80 ਸਾਲ ਦੇ ਬੁੱਢੇ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਤਲੀ 'ਤੇ ਸੀਸ ਰੱਖ ਕੇ ਲੜਦਿਆਂ ਮੌਤ ਲਾ ਕੇ ਕੰਨਾਂ ਨੂੰ ਹੱਥ, ਕਹਿ ਲਈਏ ਸਿੰਘਾਂ ਦੇ ਤਾਂ ਬਿਨਾਂ ਸੀਸ ਤੋਂ ਧੜ ਵੀ ਲੜਦੇ ਨੇ।